ਗੱਲ ਅੱਜ ਦੀ ਅੱਜ ਦੀ ਗੱਲ ਦੋਸਤੋ ਇੱਕ ਖਬਰ ਉਸ ਖਬਰ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਜਸਟਨ ਟਰੂਡੋ ਨੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੂੰ ਫੋਨ ਕੀਤਾ ਤੇ ਉਸ ਫੋਨ ਦੇ ਉੱਤੇ ਉਹਨਾਂ ਨੇ ਕੋਵਿਡ ਵੈਕਸੀਨ ਬਾਰੇ ਗੱਲਬਾਤ ਕੀਤੀ ਕੋਵਿਡ ਵੈਕਸੀਨ ਬਾਰੇ ਕੀ ਗੱਲਬਾਤ ਕੀਤੀ ਕੈਨੇਡਾ ਨੇ ਭਾਰਤ ਤੋਂ ਕੋਵਿਡ ਵੈਕਸੀਨ ਮੰਗੀ ਹੈ ਅਸਲ ਦੇ ਵਿੱਚ ਪਹਿਲਾਂ ਆਉਣੀ ਸੀ ਉਹਦੇ ਬਾਰੇ ਤਸੱਲੀ ਲੈਣ ਦੇ ਲਈ ਗੱਲਬਾਤ ਹੋਈ ਹੈ ਦੋ ਵੈਕਸੀਨ ਜਿਹੜੀਆਂ ਕੈਨੇਡਾ ਦੇ ਵਿੱਚ ਪਹਿਲਾਂ ਅਨਿਆ ਉਹਦੀਆਂ ਪੂਰੀਆਂ ਡੋਜ਼ਸ ਨਹੀਂ ਆਈਆਂ ਕੁਝ ਡਿਲੇ ਹੋਏ ਆ ਪਿਛਲੇ ਸਮੇਂ ਦੇ ਵਿੱਚ ਯੂਰਪ ਦੇ ਵਿੱਚ ਜਾਂ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਆਉਂਦੀ ਆ ਉੱਥੇ ਪ੍ਰੋਡਕਸ਼ਨ ਦੇ ਵਿੱਚ ਡਿਲੇ ਹੋਇਆ ਉਹਨਾਂ ਦੇਸ਼ਾਂ ਨੂੰ ਜਿਨ੍ਹਾਂ ਦੇਸ਼ਾਂ ਦੀਆਂ ਇਹ ਕੰਪਨੀਆਂ ਆ ਉਹਨਾਂ ਦੇ ਵਿੱਚ ਇਹ ਪਹਿਲਾਂ ਚਾਹੀਦੀ ਸੀ ਫਾਈਜ਼ਰ ਦੀ ਮੋਡਰਨਾ ਦੀ ਉਹਦੇ ਤੋਂ ਬਾਅਦ ਹੁਣ ਤੀਜੀ ਤੀਜੀ ਆਸ ਕੈਨੇਡਾ ਦੀ ਐਕਸਟਰਾਜਨਿਕਾ ਦੇ ਉੱਤੇ ਆ ਹੁਣ ਐਕਸਟਰਾਜਨਿਕਾ ਦੀਆਂ ਡੋਜ਼ਾਂ ਭਾਰਤ ਤੋਂ ਕੈਨੇਡਾ ਆਉਣੀਆਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਦੇਸ਼ ਪੂਰੀ ਸੰਭਵ ਕੋਸ਼ਿਸ਼ ਕਰੂਗਾ ਕਿ ਇਹ ਵੈਕਸੀਨ ਜਿਹੜੀ ਹੈ ਕੈਨੇਡਾ ਤੱਕ ਠੀਕ ਸਮੇਂ ਤੇ ਪਹੁੰਚ ਜਾਵੇ ਇਹਦੇ ਵਿੱਚ ਉਹ ਕਹਿੰਦੇ ਕਿ ਜਿਹੜੀ ਗਲੋਬਲ ਇਕਨੋਮੀ ਰਿਕਵਰੀ ਹੈ ਇਹਦੇ ਉੱਤੇ ਵੀ ਗੱਲਬਾਤ ਹੋਈ ਹੈ ਕਲਾਈਮੇਟ ਚੇਂਜ ਦੇ ਉੱਤੇ ਵੀ ਇਹਨਾਂ ਦੋਵਾਂ ਪ੍ਰਧਾਨ ਮੰਤਰੀਆਂ ਦੇ ਵਿੱਚ ਵਿਚਾਰ ਗੱਲਬਾਤ ਹੋਈ ਹੈ ਸਾਡੇ ਲਈ ਇਹ ਖਬਰ ਇਸ ਕਰਕੇ ਵੀ ਜ਼ਿਆਦਾ ਮਾਇਨੇ ਰੱਖਦੀ ਹੈ ਕਿ ਇੱਕ ਦੇਸ਼ ਜਿੱਥੇ ਸਾਡਾ ਜਨਮ ਹੋਇਆ ਉਸ ਦੇਸ਼ ਦੀ ਹੈ ਤੇ ਦੂਜੀ ਇਹਦਾ ਸੁਬਨ ਦੋਸਤ ਦੇਸ਼ ਤੇ ਨਾਲ ਜਿਹੜੀ ਸਾਡੀ ਕਰਮ ਭੂਮੀ ਆ ਜਿੱਥੇ ਅਸੀਂ ਜਨਮ ਲੈਂਡ ਤੋਂ ਬਾਅਦ ਆਏ ਆ ਜਿੱਥੇ ਅਸੀਂ ਕੰਮ ਕਰ ਕੀਤੇ ਆ ਜਿਹੜੇ ਦੇਸ਼ ਨੇ ਸਾਨੂੰ ਸਾਰਾ ਕੁਝ ਦਿੱਤਾ ਹੁਣ ਇਸ ਮਾਮਲੇ ਦੇ ਵਿੱਚ ਇੱਕ ਇਹ ਵੀ ਸਵਾਲ ਪੈਦਾ ਹੁੰਦਾ ਕਿ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਜਾਂ ਕੀ ਭਾਰਤ ਫਿਰ ਕੈਨੇਡਾ ਨਾਲ ਅਡਵਾਂਸ ਹੋਇਆ ਕਿ ਜੇ ਭਾਰਤ ਨੂੰ ਜੇ ਕੈਨੇਡਾ ਨੂੰ ਭਾਰਤ ਤੋਂ ਵੈਕਸੀਨ ਮੰਗਵਾਉਣ ਦੀ ਲੋੜ ਪੈ ਰਹੀ ਆ ਅਸਲ ਦੇ ਵਿੱਚ ਕੈਨੇਡਾ ਕੋਲ ਏਡਾ ਵੱਡਾ ਇੰਸਟੀਚਿਊਟ ਨਹੀਂ ਆ ਕੈਨੇਡਾ ਆ ਹੁਣ ਹੋਰ ਬਹੁਤ ਸਾਰੇ ਛੋਟੇ ਛੋਟੇ ਦੇਸ਼ ਨੇ ਜਿਨ੍ਹਾਂ ਨੇ ਵੀ ਆਪਣੀਆਂ ਵੈਕਸੀਨਸ ਜਿਹੜੀਆਂ ਉਹਨਾਂ ਦੇ ਕੋਲ ਵੈਕਸੀਨ ਮੈਨੂਫੈਕਚਰਿੰਗ ਪਲਾਂਟ ਹੈਗੇ ਆ ਕੈਨੇਡਾ ਇਹਦੇ ਉੱਤੇ ਕੰਮ ਕਰ ਰਿਹਾ ਪਰ ਇਹ ਐਡਵਾਂਸ ਨਹੀਂ ਹੋਇਆ ਭਾਰਤ ਕੋਲ ਇੱਕ ਬਹੁਤ ਐਡਵਾਂਸ ਇੰਸਟੀਚਿਊਟ ਆ ਜਿੱਥੇ ਇਹ ਵੈਕਸੀਨ ਬਣਦੀ ਆ ਸੀਰਮ ਇੰਸਟੀਚਿਊਟ ਆਫ ਇੰਡੀਆ ਪੂਨੇ ਪੂਨੇ ਦੇ ਵਿੱਚ ਇੱਕ ਪੂਨੇ ਵਾਲਾ ਫੈਮਿਲੀ ਆ ਉਸ ਪਰਿਵਾਰ ਦੀ ਇਹ ਪ੍ਰਾਈਵੇਟ ਕੰਪਨੀ ਆ India, सी, CEO, सीरम इंस्टीट्यूट ऑफ इंडिया ਜਿਹਨੂੰ 1968 ਦੇ ਵਿੱਚ ਡਾਕਟਰ ਸਾਇਰਸ ਪੁੰਨੇਵਾਲਾ ਨੇ ਬਣਾਇਆ ਸੀ ਹੁਣ ਆਧਾਰ ਪੁੰਨੇਵਾਲਾ ਉਹਦਾ ਸੀਈਓ ਐਸ ਵੀਲੇ ਉਹਨਾਂ ਦਾ ਬੇਟਾ ਬਹੁਤ ਵੱਡੀ ਇੱਕ ਕੰਪਨੀ ਆ ਇਹਨੇ ਦੁਨੀਆ ਦੇ ਵਿੱਚ ਜਿੰਨੀ ਵੈਕਸੀਨ ਲੱਗਦੀ ਆ ਉਹਦੀ 65% ਭਾਰਤ ਦੇ ਵਿੱਚ ਪ੍ਰੋਡਿਊਸ ਹੁੰਦੀ ਆ ਔਰ ਉਹ ਇਸ ਇੰਸਟੀਚੂਟ ਦੇ ਵਿੱਚ ਪ੍ਰੋਡਿਊਸ ਹੁੰਦੀ ਆ ਸੀਰਮ ਇੰਸਟੀਚੂਟ ਆਫ ਇੰਡੀਆ ਦੇ ਵਿੱਚ ਚਾਹੇ ਐਮਐਮਆਰ ਆ ਚਾਹੇ ਡਿਫਥਰੀਆ ਆ ਚਾਹੇ ਹੋਰ ਜਿੰਨੀਆਂ ਵੀ ਇਹ ਵੈਕਸੀਨਸ ਆ ਜਾਂ ਕੈਨੇਡਾ ਦੇ ਵਿੱਚ ਪਹਿਲਾਂ ਵੀ ਇੱਥੇ ਬੱਚਿਆਂ ਨੂੰ ਲੱਗਦੀਆਂ ਇਹ ਸਾਰੀਆਂ ਬਹੁਤੀਆਂ 65% ਤੋਂ ਜ਼ਿਆਦਾ ਜਿਹੜੀਆਂ ਇਹ ਪਾਰਾ ਤੋਂ ਆਉਂਦੀਆਂ ਸੋ ਐਸਟਰਾਜਨਿਕਾ ਇੱਕ ਬ੍ਰਿਟਨ ਤੇ 스ਵੇਡਿਸ਼ ਦੀ ਕੰਪਨੀ ਹੈ ਜਿਹੜੀਆਂ ਪਹਿਲਾਂ ਦੋ ਕੰਪਨੀਆਂ ਸੀ ਐਸਟਰਾ ਤੇ ਜ਼ੈਨਿਕਾ ਐਸਟਰਾ ਜਿਹੜੀ ਹੈ ਉਸ 스ਵੇਡਨ ਦੀ ਕੰਪਨੀ ਸੀ ਜ਼ੈਨਿਕਾ ਬ੍ਰਿਟਿਸ਼ ਕੰਪਨੀ ਹੈ ਇਹਨਾਂ ਦੋਵਾਂ ਦਾ ਸਮਝੌਤਾ ਹੋਇਆ ਸੀ 1999 ਦੇ ਵਿੱਚ ਸ਼ਾਇਦ ਉਹਦੇ ਤੋਂ ਬਾਅਦ ਇਕੱਠੀਆਂ ਹੋਈਆਂ ਇਸ ਕੰਪਨੀ ਦਾ ਹੈੱਡਕੁਆਰਟਰ ਹੈ ਇਸ ਵੇਲੇ ਕੈਂਬਰੇਜਾ ਇੰਗਲੈਂਡ ਦੇ ਵਿੱਚ ਕੈਂਬਰੇਜ ਦੇ ਵਿੱਚ ਇਸ ਕੰਪਨੀ ਦਾ ਹੈੱਡਕੁਆਰਟਰ ਆ ਪਰ ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਉਹ ਸਾਰੀ ਸਾਰੀ ਭਾਰਤ ਦੇ ਵਿੱਚ ਹੁੰਦੀ ਆ ਬਹੁਤੀਆਂ ਜਿਹੀਆਂ ਤੇ ਜੌਨਸਨ ਐ ਜੌਨਸਨ ਕੈਡਿਲਾ ਹੈਲਥਕੇਅਰ ਦੀ ਆ ਨੋਵੋਵੈਕਸ ਆ ਇਹ ਜਿੰਨੀਆਂ ਦੁਨੀਆਵੀਆਂ ਫੇਮਸ ਕੰਪਨੀਆਂਜ਼ ਨੇ ਇਹ ਭਾਵੇਂ ਇਹਨਾਂ ਦੇ ਹੈੱਡਕੁਆਟਰ ਇਹ ਸਾਰੀਆਂ ਮਲਟੀਨੈਸ਼ਨਲ ਕੰਪਨੀਆਂਜ਼ ਨੇ ਇਹਨਾਂ ਦੇ ਹੈੱਡਕੁਆਟਰ ਕਿਤੇ ਵੀ ਨੇ ਪਰ ਇਹ ਪ੍ਰੋਡਕਸ਼ਨ ਬਹੁਤੀ ਜਿਹੜੀ ਆ ਉਹ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਵਿੱਚ ਹੁੰਦੀ ਆ ਸੋ ਐਕਸਟਰਾਜਨਿਕਾ ਇੱਕ ਬ੍ਰਿਟਨ ਦੀ 스웨ਡਿਸ਼ ਦੀ ਕੰਪਨੀ ਆ 스웨ਡਨ ਦੀ ਕੰਪਨੀ ਆ ਉਹ ਪ੍ਰੋਡਕਸ਼ਨ ਜਿਹੜੀ ਆ ਭਾਰਤ ਤੋਂ ਕਰਵਾ ਰਹੀ ਆ ਸੀਰਮ ਇੰਸਟੀਚਿਊਟ ਆਫ ਪੂਨੇ ਤੋਂ ਸੋ ਉਹ ਜਿਹੜੀ ਦਵਾਈ ਆਉਣੀ ਆ ਜਿੰਨੇ ਬਿਲੀਅਨ ਡੋਜ਼ਸ ਆਉਣੀਆਂ ਆ ਉਹ ਸਾਰੀਆਂ ਭਾਰਤ ਤੋਂ ਆਉਣੀਆਂ ਆ ਇਸ ਕਰਕੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਨੂੰ ਇਸ ਗੱਲ ਦੀ ਤਸੱਲੀ ਦਿੱਤੀ ਆ ਕਿ ਜਿਹੜੀ ਫੋਨ ਦੇ ਉੱਤੇ ਉਹਨਾਂ ਦੀ ਗੱਲਬਾਤ ਹੋਈ ਆ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਦੇਸ਼ ਪੂਰੀ ਕੋਸ਼ਿਸ਼ ਕਰ ਰਿਹਾ ਕਿ ਇਹ ਦਵਾਈ ਕੈਨੇਡਾ ਨੂੰ ਸਮੇਂ ਸਿਰ ਮਿਲ ਜੂਵੇ ਹਾਲਾਂਕਿ ਦੀ ਬਹੁਤੀ ਜਲਦੀ ਆਸ ਨਹੀਂ ਕੀਤੀ ਜਾਂਦੀ ਮਾਰਚ ਦੇ ਇਹਦੇ ਵਿੱਚ ਗਰੰਟੀ ਕੋਈ ਨਹੀਂ ਦਿੱਤੀ ਉਹਨਾਂ ਨੇ ਵੀ ਇੰਨੇ ਸਮੇਂ ਵਿੱਚ ਜਾਂ ਇੱਥੇ ਤੁਹਾਨੂੰ ਪਹੁੰਚਾ ਦੇਵਾਂਗੇ ਪਰ ਤਸੱਲੀ ਕੀਤੀ ਹੈ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਇਸ ਗੱਲ ਦੀ ਤਸੱਲੀ ਦਿੱਤੀ ਹੈ ਮਾਰਚ ਦੇ ਐਂਡ ਵਿੱਚ ਜਾਂ April ਦੇ ਸ਼ੁਰੂ ਵਿੱਚ ਇਹ ਵੈਕਸੀਨ ਜਿਹੜੀ ਆ ਇੰਡੀਆ ਤੋਂ ਇੱਥੇ ਕੈਨੇਡਾ ਦੇ ਵਿੱਚ ਆ ਸਕਦੀ ਹੈ ਮਾਰਚ ਦੇ ਆਖਰ ਵਿੱਚ ਆਸ ਕੀਤੀ ਜਾਂਦੀ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ April ਦਾ ਪਹਿਲਾ ਹਫਤਾ ਵੀ ਆ ਸਕਦਾ ਮਾਹਰ ਇਸ ਗੱਲ ਦਾ ਅੰਦਾਜ਼ਾ ਲਾ ਅੰਦਾਜ਼ਾ ਜਿਹੜਾ ਉਹ ਲਾ ਰਹੇ ਆ ਪਿਛਲੇ ਭਾਰਤ ਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਥੋੜੀ ਜਿਹੀ ਗੜਤੜ ਵੀ ਆਈ ਸੀ 2018 ਦੇ ਵਿੱਚ ਸਾਡੇ ਇਥੋਂ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਵੀ ਕੁਝ ਮੁੱਦੇ ਸਾਹਮਣੇ ਆਏ ਸੀ ਇਹਦੇ ਤੋਂ ਬਾਅਦ ਪਿਛਲੇ ਸਮੇਂ ਦੇ ਵਿੱਚ ਜਦੋਂ ਭਾਰਤ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉਹਦੇ ਸੰਬੰਧੀ ਕੈਨੇਡਾ ਦੇ ਲੀਡਰਾਂ ਦੀਆਂ ਕੁਝ ਟਿੱਪਣੀਆਂ ਖਾਸ ਕਰ ਪ੍ਰਧਾਨ ਮੰਤਰੀ ਜਸਨ ਟਰੂਡੋ ਦਾ ਦੋ ਬਾਰ ਉਹਨਾਂ ਦੇ ਧਰਨੇ ਦੇ ਧਰਨਾ ਦੇਣ ਦੇ ਉੱਤੇ ਬੋਲਣਾ ਇਹਦੇ ਉੱਤੇ ਭਾਰਤ ਕੋਲੋਂ ਬਹੁਤ ਤਿੱਖੀ ਆਲੋਚਨਾ ਕੀਤੀ ਗਈ ਸੀ ਕਿ ਭਾਰਤ ਦੀਆਂ ਅਦਰੂਨੀ ਮਾਮਲਿਆਂ ਦੇ ਵਿੱਚ ਕੈਨੇਡਾ ਦਖਲ ਨਾ ਦੇਵੇ ਸੁਰੋਸ਼ ਕੁੜਤਨ ਤੋਂ ਬਾਅਦ ਇੱਕ ਥੋੜੀ ਜਿਹੀ ਸੁਖ ਦੀ ਗੱਲ ਕਿ ਦੋਵਾਂ ਦੇਸ਼ਾਂ ਨੇ ਆਪਸ ਦੇ ਵਿੱਚ ਇੱਕ ਮਿੱਤਰਤਾ ਦਾ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਹੈ ਜਿਹਦੇ ਵਿੱਚ ਭਾਰਤ ਤੋਂ ਕੈਨੇਡਾ ਨੂੰ ਜਿਹੜੀਆਂ ਆਉਣ ਵਾਲੀਆਂ ਵੈਕਸੀਨ ਦੇ ਡੋਜ਼ਸ ਨੇ ਉਹਦੇ ਬਾਰੇ ਤਸੱਲੀ ਇਤਿਆਹਾਸ ਕਰਦੇ ਆ ਕੈਨੇਡਾ ਵਿੱਚ ਰਹਿਣ ਵਾਲੇ ਅਸੀਂ ਉਹ ਵੈਕਸੀਨ ਜਿਹੜੀ ਹੈ ਜਲਦੀ ਲੈ ਕੇ ਤਾਂ ਜਲਦੀ ਇਸ ਕੋਵਿਡ ਦੇ ਉੱਤੇ ਜਿੱਤ ਪ੍ਰਾਪਤ ਕਰਾਂਗੇ ਸਾਡਾ ਦੋਵਾਂ ਦੇਸ਼ਾਂ ਦੇ ਨਾਲ ਬੜਾ ਨੇੜੇ ਦਾ ਸਬੰਧ ਆ ਇੱਕ ਦੇਸ਼ ਦੇ ਵਿੱਚ ਸਾਡਾ ਜਨਮ ਹੋਇਆ ਸਾਡੀ ਜਨਮ ਭੂਮੀ ਆ ਦੂਜੇ ਦੇਸ਼ ਦੇ ਵਿੱਚ ਅਸੀਂ ਆਏ ਆ ਇਹ ਸਾਡੀ ਕਰਮ ਭੂਮੀ ਆ ਦੋਵਾਂ ਦੇਸ਼ਾਂ ਦੇ ਲਈ ਚਿੰਤਾ ਵੀ ਲੋਕਾਂ ਦੇ ਵਿੱਚ ਹੁੰਦੀ ਆ ਸਾਡੀ ਗੱਲਬਾਤ ਦਾ ਬਹੁਤਾ ਹਿੱਸਾ ਕਦੇ ਵੀ ਭਾਰਤ ਪੰਜਾਬ ਤੋਂ ਵੱਖਰਾ ਨਹੀਂ ਹੁੰਦਾ ਭਾਵੇਂ ਅਸੀਂ ਭਾਰਤ ਦੀ ਲੋਚਨਾ ਕਰੀਏ ਤੇ ਭਾਵੇਂ ਅਸੀਂ ਭਾਰਤ ਦੀ ਸਿਫਤ ਕਰੀਏ ਇਸ ਮਾਮਲੇ ਦੇ ਵਿੱਚ ਜਦੋਂ ਵੀ ਜਿਹੜੇ ਜਿੰਨੇ ਵੀ ਐਨਆਰਆਈ ਆ ਜਦੋਂ ਵੀ ਭਾਰਤ ਵਿੱਚ ਜਾਂਦੇ ਉਹਨਾਂ ਦਾ ਚਾਹੇ ਉਹ ਇਕਨੋਮੀ ਆ ਚਾਹੇ ਦੂਜੀਆਂ ਚੀਜ਼ਾਂ ਇੱਕ ਵੱਡਾ ਯੋਗਦਾਨ ਆ ਉੱਥੇ ਪੰਜਾਬ ਦੇ ਵਿੱਚੋਂ ਜਿੰਨੇ ਕੁ ਲੋਕ ਭਾਰਤ ਦੇ ਵਿੱਚੋਂ ਬਾਹਰ ਆਏ ਆ ਉਹਦੀ ਇਕਨੋਮੀ ਦੇ ਵਿੱਚ ਜਿਹੜੇ ਐਨਆਰਆਈਸ ਆ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਆ ਇਹਨਾਂ ਨੇ ਲੈਣਾ ਉੱਥੇ ਕੁਝ ਨਹੀਂ ਹੁੰਦਾ ਸਿਰਫ ਤੇ ਸਿਰਫ ਕੁਛ ਨਾ ਕੁਛ ਜਦੋਂ ਵੀ ਜਾਂਦੇ ਆ ਉਹ ਦੇ ਕੇ ਹੀ ਆਉਂਦੇ ਆ ਤੇ ਦੋਵਾਂ ਦੇਸ਼ਾਂ ਦੀ ਸੁੱਖ ਮੰਗਦੇ ਆ ਜਦੋਂ ਭਾਰਤ ਪਾਕਿਸਤਾਨ ਵੰਡ ਹੋਈ ਸੀ ਬਹੁਤ ਵੱਡਾ ਸ਼ਾਇਰ ਅਹਿਮਦ ਰਾਹੀ ਪਹਿਲੀ ਵਾਰ ਵੰਡ ਤੋਂ ਬਾਅਦ ਅਮਰ ਸਰਾਇਆ ਸੀ ਤਮਰ ਸਰ ਮੁਸ਼ਾਇਰੇ ਦੇ ਵਿੱਚ ਉਹਨੇ ਇੱਕ ਨਜ਼ਮ ਪੜ੍ਹੀ ਸੀ ਉਹ ਨਜ਼ਮ ਸ਼ਾਇਦ ਕਿਤੇ ਨਾ ਕਿਤੇ ਸਾਡੇ ਉੱਤੇ ਵੀ ਟਕਦੀ ਆ ਕਿ ਦੇਸ਼ਾਂ ਵਾਲਿਓ ਆਪਣੇ ਦੇਸ਼ ਅੰਦਰ ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ ਘਰਾਂ ਵਾਲਿਓ ਆਪਣੇ ਘਰਾਂ ਅੰਦਰ ਅਸੀਂ ਆਏ ਹਾਂ ਵਾਂਗ ਪਰੌਣਿਆਂ ਦੇ ਤੁਸੀਂ ਦੇਸ਼ਾਂ ਵਾਲੇ ਤੁਸੀਂ ਘਰਾਂ ਵਾਲੇ ਅਸੀਂ ਬੇਘਰੇ ਅਸੀਂ ਪਰਦੇਸੀ ਤੁਸੀਂ ਹੱਸ ਕੇ ਸੀਨੇ ਨਾਲ ਲਾ ਲੀਤਾ ਅਸੀਂ ਰੋ ਕੇ ਅੱਖ ਪਰਚਾ ਲਈਤੀ ਜੀਵੇ ਸ਼ਹਿਰ ਮੇਰਾ ਜੀਵਨ ਸ਼ਹਿਰ ਵਾਲੇ ਅਸੀਂ ਆਏ ਦੁਆਵਾਂ ਦੇ ਚੱਲੇ ਚਾਰੇ ਕੰਨੀਆਂ ਸਾਡੀਆਂ ਵੇਖ ਖਾਲੀ ਅਸੀਂ ਨਾਲ ਤੇ ਕੁਝ ਨਹੀਂ ਲੈ ਚੱਲੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ